ਮੈਂ ਬਠਿੰਡੇ ਅਕਸਰ ਆਉਂਦਾ ਰਹਿੰਦਾ। ਅਮਰਜੀਤ ਸਿੰਘ ਦੇ ਦਿਲ ਉਹਨਾਂ ਦੀ ਫਿਲਮ ਕੀਤੀ ਸੀ, ਮੈਂ ਦੁਆਰਾ ਦਰਸ਼ਨ ਲਈ ਹੈ। ਲੇਕਿਨ ਆਹ ਜੋ ਉਦਮ ਹੈ ਇਹ ਮੈਂ ਪਹਿਲੀ ਵਾਰ ਦੇਖਿਆ, ਬਹੁਤ ਅੱਛਾ ਲੱਗਿਆ। ਮੈਂ ਅਕਸਰ ਮੇਰੇ ਜਿਹੜੇ ਕੁਲੀਗ ਨੇ, ਮੇਰੇ ਦੋਸਤ ਨੇ ਜਿਹੜੇ ਨਾਲ ਫਿਲਮਾਂ ਕਰਦੇ ਨੇ, ਉਹਨਾਂ ਨੂੰ ਕਹਿੰਦਾ ਰਹਿੰਦਾ ਕਿ ਆਪਣੇ ਅੰਦਰਲਾ ਬੱਚਾ ਜ਼ਿਆਦਾ ਰੱਖੋ। ਔਰ ਇੱਥੇ ਜਿਹੜੀ ਆ ਪਰਫੋਰਮੈਂਸ ਦੇਖੀ, ਜਦੋਂ ਕਾਗਜ਼ ਦੇ ਜਹਾਜ਼ ਬਣਾ ਕੇ ਚੱਲਾਤੇ, ਮੈਂ ਬਹੁਤ ਖੁਸ਼ ਹੋਇਆ। ਮੈਂ ਕਿਹਾ ਵਾਹ ਜੀ ਵਾਹ, ਇਹ ਬਹੁਤ ਬਹੁਤ ਅੱਛੀ ਗੱਲ ਹੈ। ਜਿੰਨੇ ਤੁਸੀਂ ਸਿਆਣੇ ਬਣਨਾ ਦਿਖਾਓਗੇ, ਸਿਆਣੇ ਸਿਆਣ ਮਤਲਬ ਜਿੱਥੇ ਜ਼ਰੂਰਤ ਹੈ ਉੱਥੇ ਸਿਆਣ ਚੋਂ ਕੰਮ ਲਓ, ਜਿੱਥੇ ਨਹੀਂ ਜ਼ਰੂਰਤ ਉੱਥੇ ਤੁਸੀਂ ਜਿਹੜਾ ਰਿਟਾਇਰਡ ਲਾਈਫ ਹੈ। ਮੈਂ ਤਾਂ ਰਿਟਾਇਰ ਨਹੀਂ ਹੋਇਆ ਅਜੇ, ਅਜੇ ਹੁੰਦਾ ਵੀ ਨਹੀਂ ਮੈਂ। ਮੇਰੇ ਪ੍ਰੋਫੈਸ਼ਨ ਦੇ ਰਿਟਾਇਰਮੈਂਟ ਹੈ ਹੀ ਨਹੀਂ ਵੈਸੇ। ਮੈਂ ਹਰ ਰੋਜ਼ ਪਾਠ ਕਰਦਾ, ਉਸ ਤੋਂ ਬਾਅਦ ਪਰਮਾਤਮਾ ਅੱਗੇ ਇਹ ਬੇਨਤੀ ਕਰੀਦੀ ਹੈ ਕਿ ਜਾਣ ਜਾਵੇ ਤਾਂ ਕੈਮਰੇ ਦੇ ਸਾਹਮਣੇ। ਮੈਂ ਮੰਜੇ ਦੇ ਪੈਕੇ ਨਹੀਂ ਮਰਨਾ ਚਾਹੁੰਦਾ। ਜੋ ਇਹ ਤਦੇ ਹੋਊਗਾ ਜੇ ਤੁਸੀਂ ਆਪਣੀ ਉਮਰ ਨੂੰ ਭੁੱਲ ਕੇ ਹਰ ਵੇਲੇ ਜਵਾਨ ਮਹਿਸੂਸ ਕਰੋਗੇ। ਗੁਪਤਾ ਜੀ ਨੇ ਦੱਸਿਆ ਇਹਨਾਂ ਨੂੰ ਕਿੰਨੀ ਚੌਂਹ ਪੈਣ ਜਾ ਰਹੀ ਹੈ, ਸਰਦਾਰ ਕੋਈ ਤੁਹਾਡੇ ਸਾਹਮਣੇ ਖੜਾ ਹੈ ਜੀ ਇਸ ਵੇਲੇ। ਮੈਂ 20 ਨਵੰਬਰ ਨੂੰ 75 ਪੂਰੇ ਕਰ ਰਹੇ ਹਾਂ ਜੀ। ਮੈਨੂੰ ਸਾਰੇ ਕਹਿੰਦੇ ਬਾਬਾ ਜੀ ਬਾਪੂ ਜੀ ਮੁੰਡੇ ਨਾ ਕਿਹਾ ਕਰੋ, ਕਿਉਂ ਜੋ ਮੈਨੂੰ ਮਾਰਦੇ ਰਾਣੇ ਦੀ ਰਾਣੇ ਜੀ ਫਿਲਮ। ਹਾਂ ਰਾਣਾ ਰਾਣੀ ਵਾਲੀ
ਉਹਦਾ ਨਾਮ ਨਾ ਹੋ ਗਿਆ। ਉਹ ਪਿੰਡ ਦੇ ਲੋਕ ਦੇ ਕੋਲ ਬੈਠੇ, ਮੇਰੇ ਕੋਲ ਇੱਧਰ ਸਾਈਡ 'ਤੇ ਬੰਦੂਕ ਪਈ, ਮੈਂ ਆਰਾਮ ਨਾਲ ਬੈਠਾ ਸੀ। ਜਦੋਂ ਮੈਨੂੰ ਆਵਾਜ਼ ਆਈ, ਸੁਵਿਧਾ ਤੁਹਾਡਾ ਸ਼ੌਟ ਆਉਣ ਵਾਲਾ ਹੈ, ਆ ਜਾਓ ਜੀ। ਮੈਂ ਬੰਦੂਕ ਚੱਕੀ ਅਤੇ ਤੁਰਿਆ। ਜਦੋਂ ਬੰਦੂਕ ਚੱਕ ਕੇ ਮੈਂ ਤੁਰਿਆ, ਮੈਨੂੰ ਗੱਲਾਂ
ਖਾਣਾ ਇੱਕ ਟੇਬਲ ਤੇ ਸਾਰਾ ਪਰਿਵਾਰ ਇਕੱਠੇ ਬਹਿ ਕੇ ਖਾਓ, ਇੱਕ ਵਿਵੇਕ ਭਵਾਨੀ ਹੁੰਦੀ ਹੈ ਨਾ, ਉਹਨੂੰ ਪਾਉਂਦੇ ਰੋਟੀਆਂ ਉਹਨੂੰ ਸਾਰਾ ਕਰਨ ਦੇ। ਪਰ ਤੁਸੀਂ ਬਹਿ ਕੇ ਛੋਟੇ ਨਿਆਣੇ ਜੰਮੂ ਜਾ ਰੋਟੀਆਂ ਪਾਉਣੀਆਂ, ਜਿਹੜੇ ਲੋਕ ਬੈਠੇ ਨੇ ਕਦੇ ਕਦੇ ਆਪਣੇ ਘਰ ਵਾਲੀ ਦੇ ਮੂੰਹ ਰੋਟੀ ਪਾ ਲਿਆ ਜਾਵੇ, ਦੇਖੋ ਘਰੇ ਜਾਣੇ ਕਿਵੇਂ ਮੁੜਦੀ ਹੈ। ਇਹ ਸ਼ਰਮ ਵਾਲੀ ਗੱਲ ਨਹੀਂ, ਪਿਆਰ ਹੈ, ਬਹੁਤ ਸੋਹਣੀ ਬਹੁਤ ਸੋਹਣੀ ਗੱਲ ਹੈ। ਇਹੋ ਜਿਹਾ ਜਦੋਂ ਉਦਮ ਕਰੋਗੇ ਨਾ, ਇਹ ਪੇ ਗੱਲ ਹੈ, ਤੁਹਾਡੀਆਂ ਜੋੜੇ ਦੀਆਂ ਹੀ ਕੁੰਬਾਂ ਵਜਾਂਗੀਆਂ, ਹੱਥ ਨਿਭਾਈ ਕਿਹੜੇ ਕਿਹੜੇ ਰਹਿੰਦੇ ਹੈ ਆਪਣੀਆਂ ਇਹ ਬੱਚੇ ਵਰਗੇ ਤੁਸੀਂ ਜਾਂ ਜਵਾਨ ਬਣਾਉਂਦੇ। ਜਦੋਂ ਵੀ ਕੋਈ ਮਾਤਾ ਜੀ ਬੈਠੀ ਬਜ਼ੁਰਗ ਬੈਠੇ ਨੇ ਯਾਦ ਕਰੋ, ਜਦੋਂ ਬਹਿੰਦੇ ਹੋਣੇ ਆਪਣੇ ਤਾਂ ਥੋੜ੍ਹੇ ਜਿਹਾ ਚੰਗੇ ਹੋ ਜਾਂਦੇ ਨੇ, ਉਸ ਤਰ੍ਹਾਂ ਤੁਸੀਂ ਯਾਦ ਕਰਕੇ ਨਾ ਇੱਕ ਵਧੀਆ ਟਾਈਮਿੰਗ ਲਾ ਮੈਂ ਲੈ ਉਦੋਂ ਤਾਂ ਉਹਨੂੰ ਰੋਟੀਆਂ ਪਾਉਣਾ ਹੁੰਦਾ ਸੀ। ਅੱਜ ਕੱਲ੍ਹ ਇਹੋ ਜਿਹੀਆਂ ਗੱਲਾਂ ਕਰਕੇ ਸੋਹਣਾ ਹੁੰਦਾ ਬੱਚਿਆਂ ਨੂੰ ਇਹ ਸੰਸਕਾਰ ਦਿਓਗੇ। ਮੈਂ ਇੱਕ ਫਿਲਮਾਂ ਦਾ ਡਾਇਰੈਕਟਰ ਹੈ ਰਾਜਕੁਮਾਰ ਸੰਤੋਸ਼ੀ, ਉਹਨਾਂ ਦੇ ਫਾਦਰ ਹੁੰਦੇ ਸੀ ਪੀ ਆਰ ਸੰਤੋਸ਼ੀ। ਮੈਂ ਨਵਾਂ ਬੰਬੇ ਗਿਆ, ਪੀ ਆਰ ਸੰਤੋਸ਼ੀ ਇੱਕ ਪੁਰਾਣੇ ਕਾਮੇਡੀਅਨ ਹੁੰਦੇ ਸੀ, ਮਿਰਜ਼ਾ ਮੁਫ਼ੱਤਲ ਲਾਹੌਰ ਤੋਂ ਆਏ ਸੀ, ਮੋਟੇ ਮੋਟੇ ਜਜ਼ਬੇ ਆਉਂਦੇ ਸੀ, ਕਾਮੇਡੀ ਬੜੀ ਅਜੀਬ ਜਿਹੀ ਕਰਦੇ ਹੁੰਦੇ ਸੀ ਉਹ, ਮਤਲਬ ਇੰਗਲਿਸ਼ ਦੀ ਪੰਜਾਬੀ ਹਿੰਦੀ ਕਰਕੇ ਬੋਲਣਾ, ਮੇਰੇ ਕਹਿੰਦੇ ਦਾ ਮਤਲਬ ਆਇਆ ਯੂਟਿਊਬ 'ਤੇ ਕੀ ਰੋਡ ਆਇਆ ਯੂਟਿਊਬ 'ਤੇ ਕਹਿੰਦੇ, ਉਹ ਇਸ ਤਰ੍ਹਾਂ ਦੀ ਕੰਮ ਨਹੀਂ ਕਰਦੇ, ਉਹ ਵੀ ਬੈਠੇ ਸੀ। ਅਸੀਂ